ਉਹ ਤਾਂ ਪਾਪਾ ਘੱਟ ਮਿਰਚਾਂ ਖਾਂਦਾ ਯਾਰ ਅੱਜ ਪਾਪਾ ਮੰਮੀ ਕਰੇਲੇ ਮਿਰਚਾਂ ਨੇ ਮਮਾ ਕਹੋ ਕੰਫਰਟੇਬਲ ਹੈ ਹੋਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਉਮੀਦ ਕਰਦੇ ਤੁਸੀਂ ਸਾਰੇ ਜਣੇ ਬਾਹਲੇ ਹੀ ਵਧੀਆ ਹੋਵੋਗੇ ਸੋ ਮੈਂ ਵੈਲਕਮ ਕਰਦੀ ਹਾਂ ਤੁਹਾਡੇ ਆਪਣੇ ਵਲੌਗ ਦੇ ਵਿੱਚ ਲਵ ਨਿਮਲ ਮਸਾਉਣ ਅਤੇ ਅਵਲ ਨੂਰ ਮਸਾਉਣ ਦੇ ਨਾਲ ਅਤੇ ਅੱਜ ਸਾਡੇ ਲੱਗੇ ਹੋਏ ਆ ਸਫਾਈਆਂ ਇਹ ਨਾ ਸਮਝਿਓ ਮੈਂ ਨਹੀਂ ਕੀਤੀਆਂ ਸਫਾਈਆਂ ਮੈਂ ਕਰ ਚੁੱਕੀ ਹਾਂ ਆਪਦੇ ਹਿੱਸੇ ਦੀਆਂ ਇਹ ਉੱਪਰ ਦੀ ਕਰ ਰਹੇ ਆ ਮੈਂ ਆਲਰੇਡੀ ਇੱਕ ਵਾਰੀ ਕਰ ਚੁੱਕੀ ਇਹ ਦੂਰੀ ਵਾਰ ਕਰ ਰਹੇ ਆ ਇਹਨਾਂ ਦਾ ਨਾਮ ਕਈ ਸਾਰੇ ਜਣੇ ਲਵ ਕਹਿੰਦੇ ਆ ਵੀ ਲਵ ਦੀ ਕਟਿੰਗ ਕਰਵਾਓ ਇਹ ਨਿੰਮਲ ਹੈ ਨਿੰਮਲ ਦੀ ਕਟਿੰਗ ਕਰਵਾਓ ਕਿਆ ਕਰੋ ਲਵ ਮੇਰਾ ਨਾਮ ਹੈ ਨਿੰਮਲ ਹੈ ਇਹਨੂੰ ਰੋਟੇਟ ਕਰੋ ਫਰੰਟ ਲੌਕ ਨੂੰ ਫਰੰਟ ਲੌਕ ਚੱਕ ਦੋ WhatsApp ਤੇ ਆ ਜਾਓ ਹੁਣ ਮਾਈ ਸਟੇਟਸ ਹਾਂ ਉਹ ਕੈਮਰਾ ਨਹੀਂ ਮਮਾ ਕੈਮਰਾ ਹਾਂ ਚੱਕੋ ਆ ਪਿਆ ਆ ਪਿਆ ਬੰਦੇ ਠੀਕ ਹੈ ਹੁਣ ਆ ਪਾ ਦੇ ਇਹ ਵੀ ਤਾਂ ਫੋਟੋ ਹੀ ਹੈ ਇਕੱਲੀ ਪੈ ਗਿਆ ਨਹੀਂ ਵੀਡੀਓ ਚੱਲੂਗੀ ਆ ਵੇਖੋ ਇਹ ਵੈਸੇ ਤਾਂ ਫੋਟੋ ਹੀ ਹੈ ਹਾਂ ਦਿਖਾ ਵੀਡੀਓ ਚਲਾ ਵੀਡੀਓ ਵਾਲਾ ਪਾਉਣਾ ਸੀ ਨਾ ਵੈਸੇ ਤਾਂ ਮੈਂ ਇਹ ਤਾਂ ਫੋਟੋ ਵਾਲਾ ਚੱਕਿਆ ਮੈਂ ਵੈਸੇ ਇੱਕ ਵਾਰੀ ਵੀ ਐ ਪੈ ਗਿਆ ਇਹ ਤਾਂ ਫੋਟੋ ਹੈ ਮੇਰੀ ਗੱਲ ਸੁਣ ਤੁਹਾਨੂੰ ਆਂਦਾ ਨਹੀਂ ਨਾ ਕਿ ਤੁਸੀਂ ਦੱਸੋ ਨਾ ਮੈਂ ਤੈਨੂੰ ਪਾ ਕੇ ਦਿਖਾਦਾ ਪਹਿਲਾਂ ਵੀਡੀਓ ਪਾ ਕੇ ਦਿਖਾ ਮੈਨੂੰ ਹੀ ਆਤਾ ਸਭ ਕੁਝ ਬੇਬੇ ਬਣ ਗਿਆ ਮੈਨੂੰ ਹੋਰ ਕਿਸੇ ਨੇ ਵੀ ਮੈਂ ਕੋਈ ਸਟੇਟਸ ਲਾਣਾ ਦਾ ਲੱਗਦਾ ਨਹੀਂ ਵੀਡੀਓ ਸੋਹਣੀ ਤਾਂ ਆਵੇ ਮੇਰੀ ਦੱਸ ਪਾਤਾ ਉਦੋਂ ਆਣਗੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਜਿਵੇਂ ਕਿ ਮੈਂ ਆਪਣਾ ਸ਼ਾਪਿੰਗ ਪੇਜ ਖੋਲਿਆ ਤੇ ਮੈਂ ਹੁਣ ਉਹਦੇ ਵਿੱਚ ਕੰਟੈਕਟ ਨੰਬਰ ਵੀ ਮੈਂਸ਼ਨ ਕਰਤਾ ਜਿਨ੍ਹਾਂ ਨੇ ਮੇਰਾ ਕੰਟੈਕਟ ਕਰਨਾ ਹੋਇਆ ਡਾਇਰੈਕਟ ਕਰ ਸਕਦੇ ਆ ਜਿਨ੍ਹਾਂ ਨੇ ਵੀ ਆਰਡਰ ਲਗਵਾਉਣਾ ਹੋਇਆ ਕੱਲ੍ਹ ਮੇਰਾ ਫਸਟ ਆਰਡਰ ਰਿਸੀਵ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਛਾ ਫੈਬਰਿਕ ਸੀ ਐਂਡ ਆਲ ਉਹਨਾਂ ਨੂੰ ਵਧੀਆ ਲੱਗਿਆ ਕੋਡ ਸੈੱਟ ਮਿਲਿਆ ਸੀ ਉਹਨਾਂ ਨੂੰ ਤਾਂ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਤੁਸੀਂ ਵੀ ਅਗਰ ਆਰਡਰ ਕਰਨਾ ਤਾਂ ਤੁਸੀਂ ਮੇਰੀ ਆਈ ਡੀ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਸ਼ੋਪਿੰਗ ਵਿਦ ਲਵ 'ਤੇ ਕੋਈ ਇੱਦਾਂ ਫਰੋਡ ਕੇਸਿਸ ਨਹੀਂ ਹੈ ਹਾਂ ਚਲੀਏ ਹੁਣ ਫਰੂਟ ਲੈਣ ਵਾਸਤੇ ਮੈਨੂੰ ਇੱਦਾਂ ਕਿ ਕੁਛ ਨਾ ਕੁਛ ਖਾਈ ਜਾਈਏ ਸਾਰਾ ਦਿਨ ਕਿਉਂਕਿ ਇਹ ਤਾਂ ਫੋਨ 'ਚ ਹੀ ਬੜੇ ਰਹਿੰਦੇ ਆ ਅਤੇ ਕੁਛ ਖਵਾਉਂਦੇ ਕਰਦੇ ਹੈ ਨਹੀਂ ਇਹਨਾਂ ਨੂੰ ਮੇਰੀ ਭੁੱਖ ਦਾ ਪਤਾ ਹੀ ਨਹੀਂ ਚੱਲਦਾ ਕਿ ਮੈਨੂੰ ਭੁੱਖ ਲੱਗਦੀ ਹੈ ਕਿ ਨਹੀਂ ਲੱਗਦੀ ਚਲੀਏ ਫਿਰ ਬਿਲਕੁਲ ਓਕੇ ਡਨ ਤੁਸੀਂ ਘੁੰਮਣ ਵਾਸਤੇ ਕਹਿੰਦੇ ਸੀ ਚਲੀਏ ਰਿਸ਼ੀਕੇਸ਼ ਜਾਣਾ ਫਿਰ ਕਿਉਂਕਿ ਅਗਲੇ ਸੰਡੇ ਆਪਾਂ ਨੇ ਅੰਮ੍ਰਿਤਸਰ ਜਾਣਾ ਤੇ ਮੰਗਲ ਬੁੱਧਵਾਰ ਤੱਕ ਅਬਰੋਹਾ ਜਾਣਾ ਤੁਸੀਂ ਚੰਡੀਗੜ੍ਹ ਵੀ ਜਾਣਾ ਅਗਲੇ ਵੀਕ ਆਪਾਂ ਨੂੰ ਕੰਮ ਹੈਗੇ ਆ ਆਪਾਂ ਇਸੇ ਵੀਕ 'ਚ ਦੋ ਤਿੰਨ ਦਿਨ ਜਾ ਆਉਂਦੇ ਬਿਲਕੁਲ ਸਹੀ ਸਹੀ ਹੈ ਸੋ ਅਸੀਂ ਜਾਵਾਂਗੇ ਹੁਣ ਘੁੰਮਣ ਵਾਸਤੇ ਤਾਂ ਪੈਕਿੰਗ ਕਰ ਲਵਾਂਗੇ ਸ਼ੁੱਕਰਵਾਰ ਨੂੰ
ਤੇ ਰਿਸ਼ੀਕੇਸ਼ ਤਿਆਰ ਰਹੀ ਹੋ, ਫਿਰ ਹਰਿਦੁਆਰ ਵੀ ਤਿਆਰ ਰਹੀ ਹੋ, ਕਿਉਂਕਿ ਸਾਨੂੰ ਐਂ ਕਿ ਘੁੰਮ ਆਈਏ, ਗਰਮੀ ਹੈਗੀ ਆ ਤਾਂ ਵਧੀਆ ਟੂਰ ਨਿਕਲ ਜੂਗਾ। ਬਟ ਜਾਵਾਂਗੇ ਅਸੀਂ ਆਪਣੀ ਗੱਡੀ 'ਤੇ ਹੀ, ਕਿਉਂਕਿ ਅਵਲ ਵੀ ਹੈਗਾ ਅਤੇ ਸਾਨੂੰ ਵਾਰੀ ਵਾਰੀ ਟਰੈਵਲ ਕਰਨਾ ਵਧੀਆ ਨਹੀਂ ਲੱਗਦਾ। ਹੁਣ ਗੱਡੀ ਹੈ, ਉਹਨੇ ਤਾਂ ਬਰਾਬਰ ਤੇਲ ਵੀ ਪੈ ਜਾਏਗਾ, ਇਕੁਅਲ ਹੀ ਆ ਜਾਏਗਾ ਸਾਰਾ ਕੰਮ। ਇਸੇ ਬਹਾਨੇ ਗੱਡੀ 'ਤੇ ਜਾਵਾਂਗੇ, ਨਾਲ ਥੋੜ੍ਹਾ ਜਿਹਾ ਸਾਡੀ ਗੱਡੀ 'ਤੇ ਗਰਾਰੀ ਖੋਲ੍ਹ ਜਾਣਗੇ। ਗਰਾਰੀਆਂ ਤਾਂ ਪਹਿਲੀ ਗੱਡੀ ਚਲਾਤੀ ਆਪਾਂ, ਇੰਨੀ ਦੱਸ ਦਿਆ। ਕਹਿੰਦੇ ਨਾ ਸਪੀਡ 'ਚ ਚਲਾਉਣੀ ਚਾਹੀਦੀ ਹੈ ਗੱਡੀ 'ਤੇ, ਸਾਰੇ ਵੀਰੇ ਤੁਸੀਂ ਕਟਹਲ ਸਾਫ ਤਾਂ ਲਾਏ, ਤੁਸੀਂ ਸਬਜ਼ੀ ਬਣਾ ਕੇ ਸੇਲ ਕਰ ਦਿਆ ਕਰੋ। ਆਧਾ ਕੱਟਿਆ ਹੋਇਆ ਮੇਰੇ ਖਿਆਲ 'ਚ ਨਾਲ ਪਿਆ ਨਾ, ਮਿਲ ਜੂਗਾ ਉਹ ਵੀ। ਅੱਛਾ ਕਦੇ ਕਦੇ ਆਉਂਦਾ, ਹੋਰ ਕੀ ਲੈਣਾ? ਲੈ ਲਓ, ਲੈ ਲਓ ਜੇ ਜੀ ਕਰਦਾ ਪੱਠਾ ਖਾਣ ਦਾ ਤਾਂ ਠੀਕ ਹੈ, ਨਹੀਂ ਤਾਂ ਫਿਰ ਕਟਹਲ ਲੈ ਲਈਏ, ਕਟਹਲ ਬਣਾ ਲਾਂਗੇ। ਵੀਰੇ ਸਾਫ ਤਾਂ ਲੈਣਾ ਪਊਗਾ ਕਿ ਮਤਲਬ ਅੱਧਾ ਬਹੁਤ ਹੈ? ਆਹ ਤਾਂ ਅੱਧਾ ਹੈ, ਇਹ ਤਾਂ ਸਰਨਾ ਹੀ ਨਹੀਂ ਗਾ ਸਾਨੂੰ। ਇਹ ਬੀਜ ਕੱਢਣੇ ਪੈਣਗੇ ਹੋਰ, ਜਿਹੜੇ ਬੀਜ ਜਿਹੜੇ ਇਹਦੇ ਵਿੱਚ ਬੀਜ ਨੇ ਕਟਹਲ ਦੀ ਸਬਜ਼ੀ ਕੱਟ ਕੇ ਆਈ ਆ। ਅੱਜ ਮੈਂ ਬਣਾ ਲੱਗੀ ਕਟਹਲ ਦੀ ਸਬਜ਼ੀ ਪਹਿਲੀ ਵਾਰੀ, ਬਹੁਤ ਚਿਪਚਿਪਾ ਹੁੰਦਾ ਕੱਟਣ ਦੇ ਵਿੱਚ, ਉਹ ਬੜਾ ਔਖਾ ਲੱਗਦਾ ਕੱਟਣਾ। ਆਹ ਦਿਖਾਈਓ ਕੀ ਲੈ ਕੇ ਆਏ ਆਪਾਂ, ਆਹ ਦੇਖੋ ਅਸੀਂ ਕੀ ਲੈ ਕੇ ਆਏ ਅੱਜ। ਚੀਆ ਸੀਡਸ, ਚੀਆ ਸੀਡਸ ਕੌਣ ਕਹਿੰਦਾ ਹੁੰਦਾ ਇਹਨੂੰ? ਆਹ ਚੀਆ ਸੀਡਸ ਪਾਣੀ, ਚੀਆ ਸੀਡਸ ਸਹੀ ਹੁੰਦੇ ਆ। ਜਾ ਵੀ ਦਾਦੂ ਨੂੰ ਦਵਾਈ ਲਿਆ ਕੇ ਦੇ, ਦੋ ਇੱਕ ਦੋ ਪੱਤੇ ਲੈ ਆਈ। ਬਾਪੂ ਬਾਪੂ ਜੀ ਤੁਸੀਂ ਨਾ ਲੇਟ ਜਾਇਆ ਕਰੋ, ਗਰਮੀ ਦੇ ਵਿੱਚ ਤੁਸੀਂ ਕਰਨ ਕੀ ਜਾਂਦੇ, ਮੈਨੂੰ ਇਹ ਨਹੀਂ ਸਮਝ ਆਉਂਦਾ। 5 ਵਜੇ ਜਾਇਆ ਕਰੋ ਹੁਣ। ਪਾਪਾ ਤੁਸੀਂ ਇੱਥੇ 4:30 ਨਹੀਂ ਆਏ, 3:30 ਨੇ ਆਏ। ਗਰਮੀ ਪੈਂਦੀ ਬੇਟੇ, ਤੁਸੀਂ 4:30-5 ਵਜੇ ਕਿਹੜਾ ਕਹਿੰਦਾ ਜਾਇਆ ਕਰੋ। ਚਾਹ ਪੀ ਕੇ ਨਾਲੇ, ਕੱਲ੍ਹ ਮੈਂ 4:30 ਹੀ ਜਾਣਾ, ਨਾਲੇ ਚਾਹ ਪੀ ਕੇ ਜਾਇਆ ਗੇਟ ਖੋਲਦਾ ਹੁਣ ਉੱਡ ਜੂਗੀ। ਉਹ ਮੋਟੀ ਜਿਹੀ ਮੱਖੀ ਦਾ ਨਾਂ ਕੀ ਹੁੰਦਾ ਹੁੰਦਾ? ਰਾਣੀ ਮੱਖੀ। ਉਹਨਾਂ ਨੂੰ ਬੁਲਾਈ ਜਾਵੇ ਤੇ ਉਹਨਾਂ ਦੀ ਲਾਸ਼ ਨੂੰ ਲਗਾਇਆ ਜਾਵੇ। ਉਹ ਤਾਂ ਪਾਪਾ ਘੱਟ ਮਿਰਚਾਂ ਖਾਂਦਾ ਯਾਰ, ਅੱਜ ਪਾਪਾ ਮੰਮੀ ਕਰੇਲੇ ਮਿਰਚਾਂ ਨੇ ਨਹੀਂ ਫਿੱਕੇ ਬਣਾਏ ਮੰਮੀ ਨੇ। ਪਾਪਾ ਕਰੇਲੇ ਖਾ ਗਿਆ, ਦੋ ਦਾਦੂ ਦਾ ਮਿੱਠਾ ਖਾ ਖਾ ਕੇ ਬੇਸਵਾਦਾ ਹੋ ਗਿਆ। ਹੁਣ ਪਾਪੇ ਨੇ ਇੰਨਾ ਸਾਰਾ ਕੌਲੀ ਗੁੜ ਮੰਗਾ ਲਿਆ, ਚੱਲ ਵੀ ਓਕੇ ਫਾਤੇ ਕੰਮ ਕੁੜਨਾ ਨਿਬੜ ਜਾਣਾ। ਪੂਰੀ 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 ਸਵੇਰੇ ਭਾਈ ਜਾਣ ਦਾ ਬਣ ਗਿਆ ਪਲਾਨ। ਅਸੀਂ ਗਏ ਵੀ ਨਹੀਂ ਨਾਲੇ, ਬਹੁਤ ਟਾਈਮ ਹੋ ਗਿਆ ਸਾਨੂੰ ਗਿਆ ਨੂੰ।
ਪਰ ਰਸਤਾ ਦੇਖਦਾ ਯਾਰ ਕਿਵੇਂ ਆ ਮੈਨੂੰ ਨਾ ਨਕੋਦਰ ਦਾ ਰਸਤਾ ਇਧਰੋਂ ਜਾਣਾ ਪਊਗਾ ਲੁਧਿਆਣਾ ਕਿੱਧਰਲੀ ਸਾਈਡ ਤੋਂ ਘੱਟ ਤਾ ਬਸ ਸਿੱਧਾ ਰਾਏਕੋਟ ਰਾਏਕੋਟ ਤੋਂ ਜਗਰਾਓ ਜਗਰਾਓ ਤੋਂ ਸਿੱਧਾ ਨਕੋਦਰ ਬਸ ਹੋਰ ਸ਼ੋਪਿੰਗ ਵਿਦ ਲਵ ਉੱਥੋਂ ਹੀ ਮੈਂ ਮੰਗਵਾ ਕੇ ਦਿੱਤਾ ਸੀ ਮੰਮੀ ਨੂੰ ਕੋਡ ਸੈੱਟ ਜਿਹੜਾ ਤੇ ਸਟੱਫ ਬਹੁਤ ਹੀ ਅੱਛਾ ਆਇਆ ਤੁਸੀਂ ਵੀ ਜੇਕਰ ਕੁਛ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਮੇਰੀ ਇੰਸਟਾਗ੍ਰਾਮ ਆਈਡੀ ਤੁਸੀਂ ਚੈੱਕ ਕਰ ਸਕਦੇ ਹੋ ਸ਼ੋਪਿੰਗ ਵਿਦ ਲਵ ਜਿੱਥੇ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਮਿਲੂਗੀ ਕੱਪੜਿਆਂ ਦੀ ਅਤੇ ਬਾਕੀ ਕੰਟੈਕਟ ਨੰਬਰ ਮੈਂ ਥੋੜ੍ਹੇ ਚਿਰ ਤਾਈਂ ਮੈਨਸ਼ਨ ਕਰ ਦੂੰਗੀ ਉਹਦੇ ਵਿੱਚ ਕਿਉਂਕਿ ਹਾਲੇ ਤੱਕ ਮੈਨੂੰ ਕੰਟੈਕਟ ਨੰਬਰ ਮਿਲਿਆ ਨਹੀਂ ਗਾ ਮੈਨੂੰ ਲਿਆ ਕੇ ਹੀ ਨਹੀਂ ਦਿੱਤਾ ਮੇਰੇ ਮੀਆਂ ਜੀ ਨੇ ਮਿਲਣਾ ਕੀ ਆ ਤੁਹਾਨੂੰ ਕਿਹਾ ਸੀ ਮੈਨੂੰ ਕੰਟੈਕਟ ਨੰਬਰ ਲਿਆ ਦਿਓ ਤੁਸੀਂ ਮੈਨੂੰ ਲਿਆ ਕੇ ਕਿਉਂ ਨਹੀਂ ਦੇ ਰਹੇ ਗੇ ਸਾਰੇ ਪਰੇਸ਼ਾਨ ਹੋਏ ਬੈਠੇ ਆ ਕਈ ਸਾਰੇ ਜਣੇ ਮੇਰੇ ਤੋਂ ਯਕੀਨ ਹੀ ਨਹੀਂ ਕਰ ਰਹੇ ਕਿ ਉਹ ਮੇਰੀ ਆਈਡੀ ਹੈ ਕਿਉਂਕਿ ਸਭ ਨੂੰ ਇੱਦਾਂ ਹੁੰਦਾ ਕਿ ਵੀ ਮਤਲਬ ਕਿ ਫੋਲੋਵਰਸ ਦੇ ਅਕੋਰਡਿੰਗ ਅਗਲੇ ਕਹਿ ਦਿੰਦੇ ਆ ਵੀ ਇਹ ਮੈਨੇਜ ਨਹੀਂ ਕਰ ਸਕਦੇ ਠੀਕ ਹੈ ਇੱਕ ਫੇਕ ਆਈਡੀ ਆ ਸੋ ਮੇਰੀ ਹੀ ਆਈਡੀ ਹੈ ਤੁਸੀਂ ਕੁਛ ਵੀ ਮੰਗਵਾ ਸਕਦੇ ਮੇਰੇ ਤੇ ਟਰਸਟ ਕਰੋ ਨਾ ਆਪਣੀ ਜਿਹੜੀ ਉਹ ਸ਼ੋਪਿੰਗ ਵਿਦ ਲਵ ਵਾਲੀ ਆਈਡੀ ਉਹ ਬਾਇਓ ਚ ਮੈਂਸ਼ਨ ਕਰੋ ਹਾਂ ਗੱਲ ਸਹੀ ਹੈ ਹਨਾ ਤੁਹਾਡੀ ਹਾਂ ਉਹਦੇ ਚ ਮੈਂਸ਼ਨ ਕਰੋ ਫਿਰ ਬਾਅਦ ਥੋੜੀ ਜੀ ਪਹੁੰਚ ਮਿਲੂਗੀ ਤੁਹਾਨੂੰ ਮੇਰੀ ਗੱਲ ਕਹਿਣ ਲੱਗੀ ਸੀ ਵੈਸੇ ਅੱਜ ਤੱਕ ਤਾਂ ਮੇਰੇ ਨਾਲ ਸੂਟ ਮੈਂ ਬਹੁਤ ਟਰਾਈ ਕੀਤੇ ਪਰ ਮੇਰੇ ਆਇਆ ਕੋਈ ਕੋਦੇ ਨਹੀਂ ਆਉਂਦਾ ਮੈਨੂੰ ਲੱਗਦਾ ਵੀ ਮੇਰੇ ਨਾਮ ਦਾ ਕਿਤੇ ਸੂਟ ਮਿਲੂਗਾ ਹਾਂ ਪਰ ਹੁਣ ਮੈਨੂੰ ਮਿਲ ਗਿਆ ਮੈਂ ਨਹੀਂ ਸੁਣਿਆ ਇੱਧਰ ਸਾਡੀ ਮੰਮੀ ਜੀ ਬੈਠੇ ਆ ਮੰਮੀ ਦੀ ਵਿਚਾਰੀ ਟ੍ਰੇਨ ਹੀ ਲੰਘ ਜਾਂਦੀ ਹੈ ਰੋਜ਼ ਰੋਜ਼ ਬੁਲਾਡੇ ਤੋਂ ਪੋ ਕਰਕੇ ਲੰਘ ਜਾਂਦੀ ਹੈ ਤੇ ਮੰਮੀ ਇੱਥੇ ਵਿਚਾਰੀ ਦੇਖਦੀ ਰਹਿ ਜਾਂਦੀ ਹੈ ਜਿੱਦਣ ਦਿਨ ਨੇ ਜਾਣਾ ਤੇ ਉਹਨੇ ਨਾਸਤਾ ਨਹੀਂ ਬਣਾਉਂਦੀ ਮੈਂ ਬਣਾ ਕੇ ਦੇਣਾ ਸੀ ਤੇ ਦਾਸਤਾ ਨਾਸਤਾ ਕੀਤਾ ਹੀ ਰਹੇ ਹੁੰਦੇ ਬਾਅਦ ਖਾਣਾ ਪੈਂਦਾ ਠੰਡੇ ਪਰੌਂਠੇ ਕਰਕੇ ਮੈਂ ਕਿਹਾ ਦਾਲ ਦਾਲ ਵਾਲੇ ਗਰਮ ਪਰੌਂਠੇ ਮੈਂ ਦੇਖਿਆ ਠੰਡੀ ਪਏ ਪਾਣੀ ਵਰਗੇ ਜਮ ਠੰਡੇ ਪਰੌਂਠੇ ਖਾਦੇ ਸੀ ਅੱਜ ਆਪਾਂ ਹਨਾ ਅੱਜ ਮੱਖੀਆਂ ਦਾ ਚੰਗਾ ਤੁਸੀਂ ਕਤਲ ਕੀਤਾ ਜਿੰਨਾ ਵੀ ਅੱਜ ਕਤਲ ਕੀਤਾ ਤੁਹਾਨੂੰ ਮੱਖੀਆਂ ਦਿਖਾਈਆਂ ਨਾ ਮੈਂ ਪਹਿਲਾਂ ਇਹ ਨਿੰਮਲ ਦੁਆਰਾ ਕਤਲ ਕੀਤਾ ਗਿਆ ਤੇ ਲਾਸ਼ਾਂ ਜੇ ਪਛਾਣ ਲਈਆਂ ਹੁਣ ਤਾਂ ਸਾਨੂੰ ਕਮੈਂਟ ਬਾਕਸ ਜ਼ਰੂਰ ਦੱਸ ਦਿਓ ਵੀ ਇਹ ਸਾਡੀ ਮੱਖੀ ਹੈ ਫਿਰ ਲੈ ਜਿਓ ਮੱਖੀਆਂ ਦਾ ਕਤਲ ਨਹੀਂ ਕੀਤਾ ਵੈਸੇ ਜਿਹੜੇ ਬੌਂਦਲ ਬੌਂਦਲ ਕੇ ਡਿੱਗ ਚੁੱਕੀ ਆ ਉਹਦੇ ਨਾਲ ਖੂਨ ਹੀ ਕੀਤਾ ਕਹੀ ਜਾਂਦੇ ਸੀ ਮੈਂ ਡੈਥ ਕਰਤੀ ਨਾਲ ਹੀ ਬੌਂਦਲ ਬੌਂਦਲ ਕੇ ਬਾਹਰ ਉਹ ਹਜੇ ਵੀ ਆ ਗਈਆਂ ਨੇ ਜਦੋਂ ਆ ਗਿਆ ਨਾ ਬਾਹਰ ਮੈਂ ਛਿੜ ਕੇ ਆਉਂ ਤੁਸੀਂ ਬਾਹਰ ਰੂਮ ਨਹੀਂ ਖੋਲਣਾ ਨਹੀਂ ਖੋਲਦੀ ਮੇਰੇ ਸਿਰ ਰੈਂਟਿੰਗ ਨੂੰ ਕਿਉਂ ਪੋਚਾ ਜਦੋਂ ਲਾਣਾ ਰੂਮ ਬੰਦ ਕਰਕੇ ਲਾ ਦਿੰਦੇ ਆ ਜੇ ਸਿਰ ਖਲਾਰਾ ਚੈੱਕ ਕਰੋ ਸਾਡੇ ਰੂਮ ਦੇ ਵਿੱਚ ਕਿੰਨਾ ਹੈ ਫੇਰ ਕਿੱਥੇ ਲਾਉਣਾ ਜੀ ਜੇ ਸਾਰਾ ਖਲਾਰਾ ਤੁਹਾਨੂੰ ਕਲੀਅਰ ਮਿਲੂਗਾ ਰਾਤ ਨੂੰ ਸਾਡੇ ਰੂਮ ਦੇ ਵਿੱਚ ਖਲਾਰਾ ਇੰਨਾ ਹੀ ਹੁੰਦਾ ਹੈ ਵੈਸੇ ਖਲਾਰਾ ਸਮਾਨ ਦਾ ਘੱਟ ਬੰਦਿਆਂ ਦਾ ਜ਼ਿਆਦਾ ਹੈ ਕਿਉਂਕਿ ਸਾਡੇ ਕਾਕਾ ਜੀ ਆ ਗਏ ਛੋਟੇ ਤੇ ਇਹਦੇ ਕਰਕੇ ਸਾਡਾ ਖਲਾਰਾ ਪੂਰਾ ਹੀ ਪਿਆ ਰਹਿੰਦਾ
ਇਹ ਕਾਕਾ ਹੀ ਦੇਖ ਕੇ ਦੁੱਧ ਪੀ ਲੈਣਾ ਕਿਤੇ ਕੱਠੀਆਂ ਕਿਤੇ ਦੇ ਕਿਤੇ ਆਪ ਕਿਤੇ ਹੁੰਦਾ ਹੈ ਸਹੀ ਗੱਲ ਹੈ ਸਾਰਾ ਦਿਨ ਖਲਾਰਾ ਪਾਈ ਦਾ ਹੁਣ ਅਸੀਂ ਦੇਖਣ ਲੱਗੇ ਸੀ ਮੂਵੀ ਮੰਮੀ ਨੂੰ ਪਹਿਲਾਂ ਕਲੀ ਜੋਟਾ ਮੂਵੀ ਦਿਖਾ ਕੇ ਹਟੇ ਆ ਹੁਣ ਅਸੀਂ ਦੇਖਣ ਲੱਗੇਗੇ ਆਪ ਦੀ ਹੁਣ ਅਸੀਂ ਸ਼ੈਤਾਨ ਮੂਵੀ ਦੇਖਾਂਗੇ ਸ਼ੈਤਾਨ ਚਲੋ ਜੀ ਗੁੱਡ ਨਾਈਟ ਜੀ ਸਾਰਿਆਂ ਨੂੰ ਇਸ ਤੇ ਅਸੀਂ ਵਲੌਗ ਐਂਡ ਕਰਨ ਚੱਲੇ ਆ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਇੱਕ ਨਵੇਂ ਵਲੌਗ ਦੇ ਨਾਲ ਕੱਲ ਨੂੰ ਸਵੇਰੇ 7:30 8 ਵਜੇ ਨਿਕਲਣਾ ਸੋ ਸਾਰਿਆਂ ਨੂੰ ਪਿਆਰ ਭਰੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਜੀ